ਸਾਡੇ ਪ੍ਰਚਾਰ ਦਾ ਮਨੋਰਥ ਇਹ ਨਹੀਂ ਵੀ ਅਸੀਂ ਕਿੰਨੀ ਗਿਣਤੀ ਵਧਾਉਂਦੇ ਹਾਂ, ਸਾਡੇ ਪ੍ਰਚਾਰ ਦਾ ਮਨੋਰਥ ਆ ਵੀ ਅਸੀਂ ਇਹਨਾਂ ਨੂੰ ਧਰਮ ਦੇ ਆਦਰਸ਼ ਕਿੰਨੇ ਕੁ, ਜ਼ਿੰਦਗੀ ਦੇ ਆਦਰਸ਼ ਕਿੰਨੇ ਕੁ ਸਿਖਾਉਂਦੇ ਹਾਂ। ਵੱਖ ਵੱਖ ਡੇਰੇਦਾਰਾਂ ਦੀ ਆਪੋ ਆਪਣੀ ਮਰਿਆਦਾ ਕਿਉਂ? ਉਹ ਡੇਰੇ ਵਾਲਿਆਂ ਨੂੰ ਪੁੱਛਣ ਦੀ ਲੋੜ ਹੈ ਜੀ। ਪ੍ਰਚਾਰ ਕਰਨਜੀਤ ਸਿੰਘ ਜੀ ਢੰਡਰੀਆਂ ਵਾਲੇ ਜਿੱਦਾਂ ਪ੍ਰਚਾਰ ਕਰ ਰਹੇ ਨੇ, ਪਰ ਉਹਨਾਂ ਦੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੱਤਾ ਜਾ ਰਿਹਾ? ਇਹ ਸਵਾਲਾਂ ਦਾ ਜਵਾਬ ਹਰਪਾਲ ਸਿੰਘ ਨੇ ਨਹੀਂ ਦੇਣਾ। ਵਾਰ ਵਾਰ ਉਹਨਾਂ ਨੂੰ ਬੁਲਾਇਆ ਜਾ ਰਿਹਾ ਪਰ ਆਉਣ ਤੋਂ ਨਾ ਕਰ ਰਹੇ ਨੇ, ਇਹਦੇ ਕਾਰਨ ਕੀ ਹੋ ਸਕਦੇ? ਉਹ ਮੈਂ ਨਹੀਂ ਉਹਨਾਂ ਦਾ ਸਪੀਕਰ ਜੀ, ਉਹ ਉਹਨਾਂ ਦੇ ਸਪੀਕਰ ਹੋਰ ਨੇ। ਉਹ ਦੋ ਬੱਚੇ ਵੀ ਲੜਦੇ ਆ ਅਤੇ ਜੇ ਉਹ ਆਪਸ ਵਿੱਚ ਹੀ ਲੜੀ ਜਾਣ ਤਾਂ ਨਿਬੇੜਾ ਨਹੀਂ ਹੁੰਦਾ, ਜਦੋਂ ਪੇਰੈਂਟਸ ਕੋਲ ਜਾਂਦੇ ਆ ਨਾ ਜੀ ਸਾਡੀ ਲੜਾਈ ਹੋ ਗਈ ਆ ਅਤੇ ਫਿਰ ਗੱਲ ਨਿਬੜਦੀ ਆ। ਤਾਂ ਸਾਨੂੰ ਸਾਰਿਆਂ ਨੂੰ ਨਿੱਜੀ ਲੜਾਈਆਂ ਛੱਡ ਕੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ 'ਚ ਇਕੱਠੇ ਹੋਣਾ ਚਾਹੀਦਾ। ਮੈਂ ਦੋ ਵਾਅਦੇ ਜ਼ਰੂਰ ਲੈਂਦਾ ਵੀ ਇੱਕ ਤਾਂ ਆਪਣੇ ਵਿਆਹ ਸਾਦੇ ਢੰਗ ਨਾਲ ਕਰੋ ਅਤੇ ਇੱਕ ਫੇਸਬੁੱਕ ਦੇ ਉੱਤੇ ਕਲੇਸ਼ ਪਾਉਣਾ ਬੰਦ ਕਰ ਦਿਓ। ਕਮਰੇ 'ਚ ਬੈਠ ਕੇ ਸਕਰੀਨ 'ਤੇ ਉਂਗਲਾਂ ਮਾਰਿਆ ਨਹੀਂ ਬੰਦ ਇਕੱਠਾ ਹੋਣਾ ਜੀ। ਕੀ ਕਾਰਨ ਬਣ ਗਿਆ ਵੀ ਉਹ ਢਾਹ ਕੇ ਨਵੇਂ ਗੁਰਦੁਆਰੇ ਉਸਾਰ ਦੇਣੇ? ਕੀ ਅਸੀਂ ਉਹਨਾਂ ਨਿਸ਼ਾਨੀਆਂ ਨੂੰ ਸੰਭਾਲ ਕੇ ਨਹੀਂ ਰੱਖ ਸਕਦੇ ਸੀ? ਮੈਨੂੰ 25 ਸਾਲ ਹੋ ਗਏ ਸੂਰਜ ਪ੍ਰਕਾਸ਼ ਦੀ ਕਥਾ ਕਰਦੇ ਹਾਂ। ਬਿਨਾਂ ਸ਼ੱਕ ਬਹੁਤ ਕੁਝ ਐਸਾ ਜਿਹੜਾ ਦੁਬਧਾ ਕ੍ਰੀਏਟ ਕਰ ਦਿੰਦਾ ਜੀ। ਵਿਗਿਆਨੀ ਆਪਣੇ ਐਂਗਲ ਤੋਂ ਸੋਚ ਰਹੇ, ਕਹਿੰਦਾ ਬਾਣੀ 'ਚ ਸਾਰੀ ਮੇਰੇ ਅਨੁਸਾਰ ਖੋਜ ਕੀਤੀ ਪਈ ਆ, ਸਾਨੂੰ ਵਰਤਣ ਦੀ ਲੋੜ ਹੈ। ਖੋਸਣਾ ਗਲਤ ਹੈ ਕਿ ਜੋ ਮੈਂ ਅਰਥ ਕਰ ਰਿਹਾ ਉਹੀ ਤੂੰ ਮੰਨ। ਕੀ ਅਜੇ ਤੱਕ ਪੰਥ ਨੂੰ ਰਹਿਤ ਮਰਿਆਦਾ ਦਾ ਪਤਾ ਨਹੀਂ ਜਾਂ ਤੁਹਾਨੂੰ ਰਹਿਤ ਮਰਿਆਦਾ ਦਾ ਪਤਾ ਨਹੀਂ? ਮੈਂ ਨਿਰਣਾ ਦੇਣ ਵਾਲਾ ਕੌਣ ਹੁੰਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਇਸ ਵੇਲੇ ਵੱਖ ਵੱਖ ਧਰਿਆਂ ਦੇ ਵਿੱਚ ਵੰਡੀ ਹੋਈ ਨਜ਼ਰੀ ਪੈ ਰਹੀ ਹੈ ਅਤੇ ਹਾਲਾਤ ਕੁਝ ਐਸੇ ਬਣੇ ਹੋਏ ਨੇ ਕਿ ਹਰ ਇੱਕ ਇਨਸਾਨ ਦੁਵਿਧਾ ਦੇ ਵਿੱਚ ਫਸਿਆ ਹੋਇਆ ਹੈ ਅਤੇ ਇਹਨਾਂ ਹਾਲਾਤਾਂ ਦੇ ਵਿੱਚ ਜੋ ਪ੍ਰਚਾਰਕ ਵੀਰ ਬੜੇ ਹੀ ਸੋਹਣੇ ਪਿਆਰੇ ਢੰਗ ਦੇ ਨਾਲ ਸੰਸਾਰ ਦੇ ਵਿੱਚ ਦੁਨੀਆ ਪੱਧਰ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਦੇ ਵਿੱਚੋਂ ਅੱਜ ਸਾਡੇ ਨਾਲ ਮੌਜੂਦ ਨੇ ਭਾਈ ਹਰਪਾਲ ਸਿੰਘ ਜੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਸਾਡੇ ਨਾਲ ਹਾਜ਼ਰ ਨੇ ਸਤਿਕਾਰਯੋਗ ਵੀਰ ਜੀ ਹੁਣੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਪਹੁੰਚੇ ਹਾਂ, ਬੱਚੇ ਵੀ ਬਹੁਤ ਸਾਰੇ ਪਹੁੰਚੇ ਨੇ ਅਤੇ ਤੁਸੀਂ ਨਾਲ ਦੀ ਨਾਲ ਇੱਥੇ ਦਾ ਇਤਿਹਾਸ ਅਤੇ ਨਾਲ ਦੀ ਨਾਲ ਬੱਚਿਆਂ ਨੂੰ ਕੁਝ ਸੰਦੇਸ਼ ਦੇਣਾ ਚਾਹੁੰਦੇ ਹੋ? ਪੰਥ ਦੀ ਇਹ ਬੜੀ ਮਾਣਮੱਤੀ ਧਰਤੀ ਆ, ਅੱਜ ਇੱਥੇ ਬੱਚਿਆਂ ਦਾ ਇਗਜ਼ਾਮ ਹੋਇਆ, ਧਾਰਮਿਕ ਪ੍ਰੀਖਿਆ ਹੋਈ ਆ। ਦਮਦਮੀ ਟਕਸਾਲ ਜਥਾ ਰੰਧਾਵਾ ਵੱਲੋਂ ਸਾਡੇ ਇਸ ਹਲਕੇ ਦੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਜਿਹੜੇ ਆਪਣਾ ਫਰਜ਼ ਨਿਭਾ ਰਹੇ ਆ, ਬੜਾ ਬਾਖੂਬੀ ਬੱਚਿਆਂ ਨੂੰ ਜੋੜ ਰਹੇ ਆ। ਵਾਸਤਵ ਵਿੱਚ ਇਹ ਧਰਤੀ ਹੈ ਹੀ ਸਿੱਖੀ ਦਾ ਐਗਜ਼ਾਮੀਨੇਸ਼ਨ ਹਾਲ ਹੀ ਹੈ, ਜਿੱਥੇ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਐਗਜ਼ਾਮ ਦਿੰਦੇ ਆ ਅਤੇ ਪਾਸ ਹੁੰਦੇ ਆ। ਇੱਥੋਂ ਤਾਂ ਹਰ ਸਿੱਖ ਨੂੰ ਹੀ ਸਿੱਖਿਆ ਮਿਲਦੀ, ਸਾਡਾ ਇਹ ਇੰਸਟੀਚਿਊਟ ਵੀ ਹੈ, ਸਾਡੀ ਇਹ ਯੂਨੀਵਰਸਿਟੀ ਵੀ ਹੈ ਅਤੇ ਸਾਨੂੰ ਇਮਤਿਹਾਨ ਵਾਸਤੇ ਪਾਸ ਹੋਣ ਦਾ ਬਲ ਵੀ ਇੱਥੋਂ ਮਿਲਦਾ। ਸੋ ਇਹ ਠੰਡਾ ਬੁਰਜ, ਇਹ ਸ਼ਹੀਦੀ ਅਸਥਾਨ, ਇਹ ਜੋਤੀ ਸਰੂਪ ਸਾਹਿਬ ਸਾਡੀ ਜ਼ਿੰਦਗੀ ਦੀ ਸੰਪੂਰਨਤਾ ਦਾ ਇੱਕ ਬਹੁਤ ਵੱਡਾ ਮੀਲ ਪੱਥਰ ਹੈ। ਉਹ ਜਿੱਥੇ ਗੁਰੂ ਦੇ ਲਾਲਾਂ ਨੇ
ਤਿੰਨ ਰਾਤਾਂ ਸੀਤ ਪੋਹ ਦੀਆਂ ਰਾਤਾਂ ਆਪਣੇ ਪਿੰਡੇ 'ਤੇ ਹੰਢਾਈਆਂ। ਮਾਂ ਜੀ ਨੇ ਪ੍ਰੇਰਨਾ ਦਿੱਤੀ। ਸੋ ਸਾਡੇ ਬੱਚਿਆਂ ਵਾਸਤੇ, ਸਾਡੇ ਮਾਪਿਆਂ ਵਾਸਤੇ ਇਹ ਧਰਤੀ ਬਹੁਤ ਵੱਡਾ ਪ੍ਰੇਰਨਾ ਦਾ ਸਰੋਤ ਹੈ ਕਿ ਕਿਵੇਂ ਅਸੀਂ ਧਰਮ 'ਚ ਪਰਿਪੱਕ ਰਹਿਣਾ। ਦੁਨੀਆ ਦੇ ਜਿਹੜਾ ਅੱਜ ਮਟੀਰੀਅਲਿਸਟ ਯੁੱਗ ਹੈ, ਉਹ ਸਭ ਪਦਾਰਥਵਾਦੀ ਭੁੱਖ ਨੂੰ ਤਿਆਗ ਕੇ, ਲੋਭ ਨੂੰ ਤਿਆਗ ਕੇ, ਮਨ ਦੀਆਂ ਵਾਸ਼ਨਾਵਾਂ ਨੂੰ ਤਿਆਗ ਕੇ ਕਿਵੇਂ ਦ੍ਰਿੜਤਾ ਦੇ ਨਾਲ ਸਿੱਖੀ ਨੂੰ ਨਿਭਾਉਣਾ, ਇਹ ਧਰਤੀ ਸਿੱਖਿਆ ਦਿੰਦੀ ਹੈ। ਔਰ ਬਹੁਤ ਵਧੀਆ ਕੀਤਾ ਕਿ ਵੀਰਾਂ ਨੇ ਇਸ ਧਰਤੀ ਨੂੰ ਬੱਚਿਆਂ ਦੇ ਐਗਜ਼ਾਮ ਵਾਸਤੇ ਚੁਣਿਆ, ਕਿਉਂਕਿ ਮਿੱਟੀ ਆਪਣੇ ਆਪ ਵਿੱਚ ਆਪਣੀ ਮਹਿਕ ਦੇ ਕੇ ਬੱਚਿਆਂ ਨੂੰ ਹੋਰ ਸਿੱਖੀ 'ਚ ਜਿਹੜੀ ਆ ਉਹ ਨਿਪੁੰਨ ਕਰਦੀ, ਦ੍ਰਿੜ ਕਰਦੀ। ਦੀਵਾਨ ਟੋਡਰ ਮੱਲ ਜੀ, ਆਪਾਂ ਇਸ ਵੇਲੇ ਉਹਨਾਂ ਦੇ ਹਾਲ ਦੇ ਵਿੱਚ ਵੀ ਖੜ੍ਹੇ ਹਾਂ। ਜੇ ਆਪਾਂ ਉਹਨਾਂ ਦੀ ਹਵੇਲੀ ਦੀ ਗੱਲ ਕਰੀਏ ਤਾਂ ਉਹ ਕਾਫੀ ਖਸਤਾ ਹਾਲਤ ਦੇ ਵਿੱਚ ਨੇ। ਬਹੁਤ ਸਾਰੀਆਂ ਇੰਟਰਨੈੱਟ ਦੇ ਉੱਪਰ ਫੋਟੋਆਂ ਪੈ ਰਹੀਆਂ ਨੇ, ਵੀਡੀਓ ਪੈ ਰਹੀਆਂ ਨੇ ਵੀ ਸੰਭਾਲਿਆ ਨਹੀਂ ਜਾ ਰਿਹਾ। ਆਪ ਜੀ ਦਾ ਅਤੇ ਪ੍ਰਬੰਧਕ ਕਮੇਟੀ ਦਾ ਕੋਈ ਫਰਜ਼ ਬਣਦਾ ਵੀ ਹਾਂ ਉਸ ਨੂੰ ਸੰਭਾਲਿਆ ਜਾਵੇ? ਬਿਲਕੁਲ ਜੀ, ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ। ਮੇਰੀ ਧਾਰਮਿਕ ਸੇਵਾ ਆ, ਪ੍ਰੇਰਨਾ ਕਰਨੀ ਮੇਰਾ ਫਰਜ਼ ਬਣਦਾ, ਜਿਹੜੀ ਮੈਂ ਬਾਖੂਬੀ ਨਿਭਾ ਰਿਹਾ। ਉਹ ਪ੍ਰਬੰਧਕ ਆਪਣੇ ਕੰਮ 'ਚ ਜਿਵੇਂ ਯਤਨਸ਼ੀਲ ਨੇ, ਉਹ ਜ਼ਿਆਦਾ ਬਿਹਤਰ ਦੱਸ ਸਕਦੇ। ਮੈਂ ਕਿਹਾ ਜਾ ਰਿਹਾ ਵੀ ਬਹੁਤ ਸਾਲਾਂ ਤੋਂ ਖਸਤਾ ਹਾਲਤ ਦੇ ਵਿੱਚ ਹੈ, ਕਿਤੇ ਤਾਂ ਕਿੱਡੀ ਵੱਡੀ ਹਵੇਲੀ ਸੀ ਜਹਾਜ਼ ਦੀ ਤਰਜ਼ ਦੇ ਉੱਪਰ ਬਣਾਈ ਹੋਈ, ਕਿਤੇ ਅਸੀਂ ਆਪ ਖੁਦ ਵੇਖ ਕੇ ਆਏ ਹਾਂ ਚੈਨਲ ਵੱਲੋਂ ਪਿੱਛੇ ਜੇ ਅਸੀਂ ਦੇਖਿਆ, ਅਤੇ ਕਾਫੀ ਖਸਤਾ ਹਾਲਤ ਦੇ ਵਿੱਚ ਹੈ। ਉਹਦੀ ਸੰਭਾਲ ਦੇ ਲਈ ਫਿਰ ਹੋਰ ਕੀ ਉਪਰਾਲੇ ਕੀਤੇ ਜਾਣ? ਵਧੀਆ, ਮੇਰਾ ਖਿਆਲ ਬਿਹਤਰ ਹੋਏਗਾ ਵੀ ਇਹ ਜਿਹੜਾ ਆਫਿਸ਼ੀਅਲੀ ਕੰਮ ਹੈ, ਤੁਸੀਂ ਮੈਨੇਜਰ ਸਾਹਿਬ ਨਾਲ ਗੱਲ ਕਰੋ ਅਤੇ ਉਹਨਾਂ ਨੂੰ ਜ਼ਿਆਦਾ ਪਤਾ ਹੋਏਗਾ। ਮੈਨੂੰ ਤਾਂ ਆਪਣੀ ਕਥਾ ਗੁਰਮਤਿ ਪ੍ਰਚਾਰ ਦੇ ਜਿਹੜਾ ਉਹਦੇ ਨਾਲ ਰਿਲੇਟਡ ਤੁਸੀਂ ਪੁੱਛ। ਜਿਵੇਂ ਬੱਚੇ ਇਕੱਠੇ ਹੋਏ ਨੇ, ਜਿਹੜੇ ਇਹ ਬੱਚੇ ਨੇ ਕੋਈ ਕਿਸੇ ਡੇਰੇ ਨਾਲ ਵੀ ਜੁੜਿਆ ਹੋਏਗਾ ਜਾਂ ਕੋਈ ਕਿਸੇ ਸੰਪਰਤਾ ਦਾ ਹੋਏਗਾ, ਹਿੰਦੂ ਫੈਮਿਲੀ ਦੇ ਵਿੱਚੋਂ ਵੀ ਹੋਣਗੇ, ਮੁਸਲਮਾਨ ਫੈਮਿਲੀ, ਕਿਉਂਕਿ ਸਾਰੇ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ, ਕੀ ਤੁਸੀਂ ਇਹ ਨਹੀਂ ਸੋਚਦੇ ਵੀ ਇਹਨਾਂ ਬੱਚਿਆਂ ਨੂੰ ਜੋ ਕਿਸੇ ਵੀ ਧਰਮ ਦੇ ਨਾਲ ਜੁੜੇ ਹੋਏ ਨੇ ਅਤੇ ਅਸੀਂ ਮਤਲਬ ਕਿ ਸਿੱਖੀ ਦੇ ਵਿੱਚ ਨਿਪੁੰਨ ਕਰਕੇ ਉਹਨੂੰ ਆਪਣੇ ਧਰਮ ਦੇ ਵਿੱਚ ਪੱਕਾ ਕਰੀਏ ਕਿ ਅਸੀਂ ਉਹਨਾਂ ਨੂੰ ਸਿੱਖ ਬਣਾਉਣ ਦਾ ਯਤਨ ਕਰੀਏ? ਨਹੀਂ, ਇਹ ਮਕਸਦ ਨਹੀਂ ਹੈ ਵੀ ਅਸੀਂ ਇਹਨਾਂ ਨੂੰ ਆਪਣੇ ਧਰਮ 'ਚ ਹੀ ਲਿਆਉਣਾ, ਕਿਉਂਕਿ ਸਾਡੇ ਪ੍ਰਚਾਰ ਦਾ ਮਨੋਰਥ ਇਹ ਨਹੀਂ ਵੀ ਅਸੀਂ ਕਿੰਨੀ ਗਿਣਤੀ ਵਧਾਉਂਦੇ ਹਾਂ। ਸਾਡੇ ਪ੍ਰਚਾਰ ਦਾ ਮਨੋਰਥ ਹੈ ਵੀ ਅਸੀਂ ਇਹਨਾਂ ਨੂੰ ਧਰਮ ਦੇ ਆਦਰਸ਼ ਕਿੰਨੇ ਕੁ, ਜ਼ਿੰਦਗੀ ਦੇ ਆਦਰਸ਼ ਕਿੰਨੇ ਕੁ ਸਿਖਾਉਂਦੇ ਹਾਂ। ਹਰੇਕ ਬੱਚਾ ਆਪਣੇ ਧਰਮ ਦੇ ਵਿੱਚ ਪੱਕਾ ਹੋਵੇ, ਬਿਲਕੁਲ ਜੀ, ਅਸੂਲਾਂ ਵਿੱਚ ਪੱਕਾ ਹੋਵੇ, ਮਜ਼ਹਬ ਪ੍ਰਸਤੀ ਦੀਆਂ ਲਕੀਰਾਂ ਜਿਹੜੀਆਂ ਉਹਦੇ ਤੋਂ ਬਹੁਤ ਉੱਚਾ ਉੱਠੇ ਅਤੇ ਉਹਨੂੰ ਸੱਚ ਦਾ, ਧਰਮ ਦਾ, ਦਇਆ ਦਾ, ਜਿਹਦੀ ਅੱਜ ਲੋੜ ਹੈ, ਜਿਹੜੀ ਸੱਤ ਸੰਤੋਖ, ਗੁਰੂ ਨਾਨਕ ਸਾਹਿਬ ਨੇ ਚਾਰ ਪਿੱਲਰ ਦੱਸੇ ਆ, ਦਇਆ, ਕਪਾਹ, ਸੰਤੋਖ, ਸੂਤ, ਜੱਤ, ਗੰਢੀ, ਸੱਤ ਵੱਟ। ਸੋ ਕਰੈਕਟਰ ਦੀ ਲੋੜ ਆ, ਜੋ ਸੱਤ ਦੀ ਲੋੜ ਆ, ਉਹ ਜੱਤ ਦੀ ਲੋੜ ਆ, ਉਹ ਦਇਆ ਦੀ ਲੋੜ ਆ। ਤਾਂ ਉਹ ਜਦੋਂ ਗੁਣ ਆਉਣਗੇ ਤਾਂ ਉਹ ਆਪਣੇ ਆਪ ਹੀ ਧਰਮੀ ਹੋਏਗਾ, ਭਾਵੇਂ ਉਹ ਰਾਮ ਰਾਮ ਕਹਿਣ ਵਾਲਾ ਹੋਵੇ, ਭਾਵੇਂ ਉਹ ਖੁਦਾ ਖੁਦਾ ਕਹਿਣ ਵਾਲਾ। ਜੇ ਆਪਾਂ ਸਿੱਖ ਰਹਿਤ ਮਰਿਆਦਾ ਦੀ ਗੱਲ ਕਰੀਏ ਤਾਂ ਦੇਖਿਆ ਜਾਂਦਾ ਹੈ ਕਿ ਅਸੀਂ ਸਿੱਖ ਰਹਿਤ ਮਰਿਆਦਾ ਦੇ ਅਕੋਰਡਿੰਗ ਸਾਡੇ ਡੇਰੇ ਵਾਲੇ ਕਿਉਂ ਨਹੀਂ ਚੱਲ ਰਹੇ? ਵੱਖ ਵੱਖ ਡੇਰੇਦਾਰਾਂ ਦੀ ਆਪੋ ਆਪਣੀ ਮਰਿਆਦਾ ਕਿਉਂ? ਉਹ ਡੇਰੇ ਵਾਲਿਆਂ ਨੂੰ ਪੁੱਛਣ ਦੀ ਲੋੜ ਹੈ ਜੀ? ਨਹੀਂ, ਆਪਾਂ ਪੁੱਛ ਸਕਦੇ ਹਾਂ ਨਾ, ਮਤਲਬ ਤੁਸੀਂ ਵੀ ਪ੍ਰਚਾਰ ਕਿਵੇਂ ਹੋ ਰਿਹਾ? ਨਹੀਂ ਨਹੀਂ, ਇਹ ਜਵਾਬ ਤਲਬੀ ਤੁਸੀਂ ਪੰਥ ਵੱਲੋਂ ਕਰ ਰਹੇ ਹੋ, ਪਬਲਿਕ ਵੱਲੋਂ ਕਰ ਰਹੇ ਹੋ, ਤੁਹਾਡਾ ਹੱਕ ਬਣਦਾ ਵੀ ਤੁਸੀਂ ਉਹਨਾਂ ਨੂੰ ਪੁੱਛੋ ਜਿਹੜੇ ਨਹੀਂ ਮੰਨਦੇ। ਅਤੇ ਸਾਡਾ ਇਹਦੇ ਉੱਪਰ 'ਚ ਕੀ ਯੋਗਦਾਨ ਹੋ ਸਕਦਾ ਹੈ ਵੀ ਅਸੀਂ ਜਦ ਮਰਿਆਦਾ ਪੰਥਕ ਮਰਿਆਦਾ ਹੈ ਅਤੇ ਕਿਉਂਕਿ ਅਸੀਂ ਵੀ ਉੱਥੇ ਜਾਂਦੇ ਹਾਂ ਨਾ, ਸਾਡੇ ਜਿਹੜੇ ਨੇ ਜਥੇਦਾਰ ਵੀ ਉੱਥੇ ਜਾਂਦੇ ਨੇ, ਸਾਡੇ ਹੋਰ ਵੀ ਵੱਡੇ ਸਾਰੇ ਉਸ ਜਗ੍ਹਾ 'ਤੇ ਜਾਂਦੇ ਨੇ, ਅਤੇ ਅਸੀਂ ਕਿਉਂ ਨਹੀਂ ਕਹਿੰਦੇ ਉਹਨਾਂ ਨੂੰ? ਨਹੀਂ, ਇਹ ਨਹੀਂ ਗੱਲ ਕਿ ਕਹਿੰਦੇ ਨਹੀਂ। ਵੀ ਦੂਸਰੀ ਗੱਲ ਇਹ ਵੀ ਅਰਥ ਇਹ ਨਹੀਂ ਹੈ ਵੀ ਇੱਕ ਦੂਜੇ ਨਾਲ ਟੁੱਟ ਜਾਣਾ ਜਾਂ ਪਾਟ ਜਾਣਾ, ਇੱਕ ਸਿਸਟਮ ਹੈ, ਪ੍ਰੇਰਨਾ ਦਿੱਤੀ ਜਾ ਸਕਦੀ ਆ, ਪ੍ਰਚਾਰ ਕੀਤਾ ਜਾ ਸਕਦਾ, ਪਰ ਉਹਦਾ ਮਤਲਬ ਇਹ ਨਹੀਂ ਕਿ ਅਸੀਂ ਨਫ਼ਰਤ ਕਰਨ ਲੱਗੀਏ ਅਤੇ ਇੱਕ ਦੂਜੇ ਦੀ ਸਾਂਝ ਟੁੱਟ ਜਾਏ, ਇੱਕ ਦੂਜੇ 'ਤੇ ਜਾਣਾ ਬੰਦ ਕਰ ਦਈਏ। ਸੋ ਜਿੱਥੇ ਜਾਂਦੇ ਹਾਂ ਪਹਿਰਾ ਦੇਣਾ ਸਾਡਾ ਧਰਮ ਹੈ, ਅਤੇ ਜਿੰਨੀ ਕੁ ਗੁਰੂ ਸਾਹਿਬ ਸੋਝੀ ਦਿੰਦੇ ਆ ਉਹ ਮੈਂ ਪਹਿਰਾ ਦੇ ਰਿਹਾ। ਪ੍ਰਚਾਰਕ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਜਿੱਦਾਂ ਪ੍ਰਚਾਰ ਕਰ ਰਹੇ ਨੇ ਅਤੇ ਉਹਨਾਂ ਨੇ ਪਿੱਛੇ ਜੇ ਸਵਾਲ ਉਠਾਏ ਨੇ ਦੁੱਖ ਪੰਜਨੀ ਬੇਰੀ 'ਤੇ ਵੀ, ਦਰਬਾਰ ਸਾਹਿਬ ਦੇ ਸਰੋਵਰ 'ਤੇ ਵੀ ਸਵਾਲ ਉਠਾਏ ਨੇ ਅਤੇ ਰੌਲਾ ਪਾਇਆ ਜਾ ਰਿਹਾ ਵੀ ਉਹਨਾਂ ਨੂੰ ਬੁਲਾਉਣ ਦਾ ਯਤਨ ਕੀਤਾ ਜਾ ਰਿਹਾ, ਪਰ ਉਹਨਾਂ ਦੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੱਤਾ ਜਾ ਰਿਹਾ?
ਇਹ ਸਵਾਲਾਂ ਦਾ ਜਵਾਬ ਹਰਪਾਲ ਸਿੰਘ ਨੇ ਨਹੀਂ ਦੇਣਾ ਜੀ, ਜਿਸਦਾ ਅਕਾਲ ਤਖਤ ਸਾਹਿਬ ਉਹ ਸਾਡੀ ਵੱਡੀ ਹਸਤੀ ਨੇ। ਮੈਂ ਬਹੁਤ ਛੋਟਾ ਮੁਲਾਜ਼ਮ ਹਾਂ, ਇੱਕ ਨੌਕਰ ਹਾਂ, ਤੋ ਮੇਰੀ ਤਾਂ ਜਿੰਨੀ ਡਿਊਟੀ ਹੈ, ਜਿੰਨਾ ਫਰਜ਼ ਹੈ, ਮੈਂ ਤਨਦੇਹੀ ਨਾਲ ਨਿਭਾ ਰਿਹਾ। ਕੀ ਸਵਾਲ ਨੇ ਉਹਨਾਂ ਦਾ ਜਵਾਬ, ਉਹ ਬਹੁਤ ਉੱਚੇ ਲੈਵਲ ਦੀ ਗੱਲ ਹੈ, ਤੋ ਸਿੰਘ ਸਾਹਿਬ ਦੱਸ ਸਕਦੇ ਹੋ ਵੀ ਇਕੱਠੇ ਹੋ ਕੇ ਬੈਠਣ ਦਾ ਉਹਨਾਂ ਨੂੰ ਯਤਨ ਕਰਨਾ ਚਾਹੀਦਾ? ਬਿਲਕੁਲ ਜੀ, ਵੀ ਸਾਰੀ ਕੌਮ ਨੂੰ ਇਕੱਠੇ ਹੋ ਕੇ ਬੈਠਣਾ ਚਾਹੀਦਾ। ਇਹ ਬਹੁਤ ਵੱਡੀ ਵੀ ਇਸ਼ੂ ਨਹੀਂ ਹੈਗੇ ਕੋਈ ਸਾਡੇ, ਤੋ ਇਹ ਬਹੁਤ ਮਾਮੂਲੀ ਮਾਈਨਰ ਗੱਲਾਂ ਨੇ, ਅਤੇ ਤਾਂ ਹੀ ਹੋ ਸਕਦਾ ਵੀ ਅਸੀਂ ਸਾਰੇ ਈਗੋ ਤਿਆਗੀ ਹੈ ਅਤੇ ਇਕੱਠੇ ਹੋ ਕੇ ਬੈਠ ਸਕਦੇ। ਜਿਵੇਂ ਵਾਰ ਵਾਰ ਉਹਨਾਂ ਨੂੰ ਬੁਲਾਇਆ ਜਾ ਰਿਹਾ ਪਰ ਆਉਣ ਤੋਂ ਨਾ ਕਰ ਰਹੇ ਨੇ, ਇਹਦੇ ਕਾਰਨ ਕੀ ਹੋ ਸਕਦੇ? ਉਹ ਦੱਸ ਰਹੇ ਨੇ ਕਾਰਨ ਜੀ, ਉਹ ਮਤਲਬ ਉਹ ਮੈਂ ਨਹੀਂ ਉਹਨਾਂ ਦਾ ਸਪੀਕਰ ਜੀ, ਉਹ ਉਹਨਾਂ ਦੇ ਸਪੀਕਰ ਹੋਰ ਨੇ, ਜੋ ਦੱਸ ਰਹੇ ਨੇ ਉਹ ਜਾਣ ਸਕਦੇ। ਉਹ ਤਾਂ ਇਹ ਕਹਿੰਦੇ ਆ ਨਾ ਵੀ ਜੇ ਮੈਨੂੰ ਪੰਥ ਦੇ ਵਿੱਚੋਂ ਸ਼ੇਕ ਵੀ ਦਿੱਤਾ ਤਾਂ ਮੈਂ ਇੰਟਰਨੈਟ 'ਤੇ ਵੀਡੀਓ ਪਾ ਪਾ ਕੇ ਪ੍ਰਚਾਰ ਕਰਾਂਗਾ ਸ਼ਾਇਦ, ਇੱਦਾਂ ਹੀ ਕਰਨ। ਫਿਰ ਵੀ ਇਕੱਠੇ ਕਰਨ ਦਾ ਕੋਈ ਤੁਸੀਂ ਕੋਈ ਸੁਨੇਹਾ ਦੇਣਾ ਵੀ ਕਿਸ ਤਰ੍ਹਾਂ ਇਕੱਠਾ ਕੀਤਾ ਜਾਵੇ? ਜ਼ਰੂਰ, ਇੱਕ ਸੇਵਾਦਾਰ, ਇੱਕ ਚੌਂਕੀਦਾਰ ਹੋਣ ਦੇ ਨਾਤੇ ਇਹੀ ਦਿਨ ਰਾਤ ਸੁਪਨਾ ਵੇਖਦਾ ਵੀ ਹੋ ਇਕੱਤਰ ਮਿਲੋ ਮੇਰੇ ਭਾਈ ਦਾ, ਜਿਹੜਾ ਗੁਰੂ ਦਾ ਸਿਧਾਂਤ ਹੈ ਦੁਬਿਧਾ ਦੂਰ, ਉਹ ਤਾਂ ਹੀ ਦੁਬਿਧਾ ਦੂਰ ਹੋਏਗੀ। ਤੋ ਅਸੀਂ ਸਾਰੇ ਇਕੱਠੇ ਹੋ ਕੇ ਬੈਠੀਏ, ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਵੀ ਕਰਦਾ ਅਤੇ ਅਰਦਾਸ ਵੀ ਕਰਦਾ, ਔਰ ਆਪਣੇ ਵੱਲੋਂ ਜਿੰਨੇ ਯਤਨ, ਜਿੰਨਾ ਮੇਰਾ ਇੱਕ ਦਾਇਰਾ ਬਹੁਤ ਛੋਟੇ ਪੱਧਰ ਦਾ, ਉਹਦੇ ਲਈ ਮੈਂ ਯਤਨਸ਼ੀਲ ਵੀ। ਕੌਮ ਨੂੰ ਕੋਈ ਸੁਨੇਹਾ, ਪੰਥ ਨੂੰ ਕੋਈ ਸੁਨੇਹਾ? ਪੰਥ ਦਾ ਸੁਨੇਹਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਖੁਦ ਆਪ ਇੱਕ ਸੰਦੇਸ਼ ਨੇ, ਉਹ ਜਿਹੜੀਆਂ ਵੰਡੀਆਂ ਪਈਆਂ ਹੋਈਆਂ ਨੇ ਇਕੱਤਰ ਕਰਨ ਦੇ ਲਈ, ਕੋਈ ਉਹਦੇ ਲਈ ਸੂਤਰਧਾਰ ਸਾਡੇ ਕੋਲ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਅਕਾਲ ਤਖਤ ਸਾਹਿਬ ਦੀ ਤਾਬਿਆ ਇਕੱਠੇ ਹੋਈਏ। ਵੇਖੋ, ਮੈਂ ਤਾਂ ਮਹਿਸੂਸ ਕਰਦਾ ਵੀ ਜਦੋਂ ਦੋ ਬੱਚੇ ਵੀ ਲੜਦੇ ਆ ਅਤੇ ਜੇ ਉਹ ਆਪਸ ਵਿੱਚ ਹੀ ਲੜੀ ਜਾਣ ਤਾਂ ਨਿਬੇੜਾ ਨਹੀਂ ਹੁੰਦਾ, ਜਦੋਂ ਪੇਰੈਂਟਸ ਕੋਲ ਜਾਂਦੇ ਆ ਨਾ ਜੀ ਸਾਡੀ ਲੜਾਈ ਹੋ ਗਈ ਆ ਅਤੇ ਫਿਰ ਗੱਲ ਨਿਬੜਦੀ ਆ। ਤੋ ਸਾਨੂੰ ਸਾਰਿਆਂ ਨੂੰ ਨਿੱਜੀ ਲੜਾਈਆਂ ਛੱਡ ਕੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ 'ਚ ਇਕੱਠੇ ਹੋਣਾ ਚਾਹੀਦਾ, ਅਕਾਲ ਤਖਤ ਸਾਹਿਬ ਦੇ ਆਦੇਸ਼ ਸੰਦੇਸ਼ ਨੂੰ ਅਸੀਂ ਸਿਰ ਝੁਕਾਈਏ, ਅਤੇ ਉਹ ਸਾਡਾ ਸੁਪਰੀਮ ਹੈ। ਵੇਖੋ, ਹਰ ਪਰਿਵਾਰ ਨੂੰ ਚਲਾਉਣ ਵਾਸਤੇ ਕੁਝ ਨਾ ਕੁਝ ਕ੍ਰਾਈਟੀਰੀਆ ਮਿਥਿਆ ਜਾਂਦਾ, ਸੋ ਇਸੇ ਤਰ੍ਹਾਂ ਸਾਡੇ ਵਾਸਤੇ ਮਿਨੀਮਮ ਕ੍ਰਾਈਟੀਰੀਆ ਸਾਡੇ ਕੋਲ ਪੰਥ ਦੀ ਮਰਿਆਦਾ, ਤੋ ਸਾਨੂੰ ਇਕਸਾਰਤਾ ਵਾਸਤੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ 'ਚ ਆਉਣ ਦੀ ਲੋੜ ਹੈ। ਬਹੁਤ ਸਾਰੇ ਡੇਰੇਦਾਰਾਂ ਨੇ ਤਾਂ ਕੀ ਮੰਨਣਾ ਹੈ, SGPC ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਿਹੜੀ ਹੈ ਉਹ ਸਿੱਖ ਰਹਿਤ ਮਰਿਆਦਾ ਲਾਗੂ ਨਹੀਂ ਹੈ, ਉਹਦੇ ਕੀ ਕਾਰਨ ਨੇ ਜੀ? ਕੁਝ ਨਾ, ਮੈਂ ਇਹ ਨਹੀਂ ਕਹਿੰਦਾ ਵੀ ਮੰਨ ਨਹੀਂ ਰਹੇ, ਗੱਲ ਇਹ ਹੈ ਵੀ ਰਵਾਇਤਾਂ ਬਣੀਆਂ ਹੋਈਆਂ ਅਤੇ ਰਵਾਇਤਾਂ ਨੂੰ ਬਦਲਣ ਵਾਸਤੇ ਸਮਾਂ ਲੱਗਦਾ ਹੁੰਦਾ ਜੀ, ਅਤੇ ਮੇਰਾ ਇੱਕ ਥਿਊਰੀ ਹੈ ਵੀ ਫੋਰਸਲੀ ਕੰਮ ਕਰਨ ਦੀ ਬਜਾਏ ਪ੍ਰੇਰਨਾਦਾਇਕ ਤਰੀਕੇ ਨਾਲ ਕੰਮ ਕੀਤਾ ਜਾਏ, ਜਿਹੜੀ ਗੱਲ ਪਿਆਰ ਨਾਲ ਹੋ ਸਕਦੀ ਹੈ ਸਮਾਂ ਵੱਧ ਲੱਗ ਸਕਦਾ, ਅਤੇ ਟਕਰਾਅ ਵਾਲਾ ਜਿਹੜਾ ਨਾ ਉਹ ਤਰੀਕਾ ਨਹੀਂ ਠੀਕ। ਜਿਵੇਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਦੂਜੇ ਨਾਲ ਲੜਾਈ, ਕਮੈਂਟ ਇੱਕ ਦੂਜੇ ਨੂੰ, ਕੀ ਇੱਦਾਂ ਕੌਮ ਜਿਹੜੀ ਉਹ ਵੰਡੀ ਹੋਈ ਨਜ਼ਰ ਨਹੀਂ ਪੈ ਰਹੀ? ਮੈਂ ਤਾਂ ਤੁਹਾਨੂੰ ਸੱਚੀ ਗੱਲ ਦੱਸਾਂ ਜੀ, ਵਿਦੇਸ਼ਾਂ 'ਚ ਵੀ ਜਿੱਥੇ ਵੀ ਮੈਂ ਯੂਥ ਨੂੰ ਮਿਲਦਾ ਜੀ, ਮੈਂ ਦੋ ਵਾਅਦੇ ਜ਼ਰੂਰ ਲੈਂਦਾ ਵੀ ਇੱਕ ਤਾਂ ਆਪਣੇ ਵਿਆਹ ਸਾਦੇ ਢੰਗ ਨਾਲ ਕਰੋ, ਅਤੇ ਇੱਕ ਫੇਸਬੁੱਕ ਦੇ ਉੱਤੇ ਕਲੇਸ਼ ਪਾਉਣਾ ਬੰਦ ਕਰ ਦਿਓ ਜੀ, ਹੈ ਨਾ, ਇਹ ਇਹਨੂੰ ਅੱਡਾ ਨਾ ਬਣਾਈਏ ਅਸੀਂ ਜੰਗ ਦਾ, ਇਹ ਐਵੇਂ ਆਪਣੇ ਆਪਣੇ ਹੰਕਾਰ ਦਾ ਪ੍ਰਗਟਾਵਾ ਕਰ ਰਹੇ ਹਾਂ। ਤੋ ਮੈਨੂੰ ਮਤਲਬ ਮੇਰਾ ਆਪਣਾ ਪੇਜ ਨਹੀਂ ਹੈਗਾ, ID ਨਹੀਂ ਹੈਗੀ ਫੇਸਬੁੱਕ ਦੇ ਉੱਤੇ, ਅਤੇ ਮੈਂ ਬਾਕੀ ਵੀਰਾਂ ਨੂੰ ਵੀ ਚਾਹੂੰਗਾ ਵੀ ਇਹਦਾ ਪੋਜ਼ਿਟਿਵ ਉਪਯੋਗ ਕਰੀਏ, ਨੈਗੇਟਿਵ ਉਪਯੋਗ ਨਾ। ਜਿਵੇਂ ਪੰਥ ਹੈ, ਫਿਰ ਵੀ ਕੋਈ ਦੱਸੋ ਤਾਂ ਸਹੀ, ਇੱਕ ਦੋ ਕਾਰਜ ਕਿੱਦਾਂ ਦੇ ਆਰੰਭੇ ਜਾਣ ਵੀ ਸਾਰੇ ਪੰਥ ਨੂੰ ਇਕੱਠਾ ਕੀਤਾ ਜਾਵੇ? ਪ੍ਰੈਕਟੀਕਲ ਕੰਮ ਕੀਤੇ, ਕਮਰੇ 'ਚ ਬੈਠ ਕੇ ਸਕਰੀਨ 'ਤੇ ਉਂਗਲਾਂ ਮਾਰਿਆ ਨਹੀਂ, ਪੰਥ ਇਕੱਠਾ ਹੋਣਾ, ਤੁਹਾਡੇ ਸਾਹਮਣੇ ਕਰਕੇ ਦੱਸਿਆ ਜੀ ਸਫਰੇ ਸ਼ਹਾਦਤ ਗੁਰੂ ਸਾਹਿਬ ਜੀ ਨੇ ਜਿਵੇਂ ਸੇਵਾ ਲਈ ਆ, ਅਤੇ ਉਹਦੇ 'ਚ ਸਾਰਾ ਪੰਥ ਜੁੜ ਰਿਹਾ, ਤੋ ਪ੍ਰੈਕਟੀਕਲ ਕਰੀਏ, ਇਕੱਲਾ ਉਂਗਲਾਂ ਨਾ ਮਾਰੀਏ ਸਕਰੀਨ ਦੇ ਉੱਤੇ ਜੀ। ਜਿਵੇਂ ਸ਼ਹੀਦੀ ਅਸਥਾਨ ਹੈ, ਇਹਨੂੰ ਪਹਿਲਾਂ ਭੋਰਾ ਸਾਹਿਬ ਕਿਹਾ ਜਾਂਦਾ ਸੀਗਾ, ਹੁਣ ਕੀ ਕਾਰਨ ਬਣ ਗਿਆ ਵੀ ਭੋਰਾ ਸਾਹਿਬ ਦਾ ਨਾਮ ਚੇਂਜ ਕਰਕੇ ਸ਼ਹੀਦੀ ਅਸਥਾਨ ਕਰਨਾ ਪਿਆ? ਇਹ ਬੇਸਿਕਲੀ ਸ਼ਹੀਦੀ ਅਸਥਾਨ ਸੀ ਜੀ, ਭੋਰਾ ਸਾਹਿਬ ਨਾਂ ਹੀ ਨਹੀਂ ਸੀ ਹੈਗਾ ਜੀ, ਤੋ ਪਤਾ ਨਹੀਂ ਬੇਸਮੈਂਟ ਹੋਣ ਕਰਕੇ ਲੋਕ ਭੋਰਾ ਸਮਝੀ ਜਾਂਦੇ ਸੀ, ਭੋਰੇ ਦਾ ਕੰਸੈਪਟ ਹੋਰ ਹੁੰਦਾ, ਇਹ ਗਰਾਊਂਡ ਦਾ ਸਤਾ ਹੈ, ਤੁਸੀਂ ਵੇਖੋਗੇ ਬਾਹਰਲੀ ਰੋਡ ਤੋਂ ਇੱਥੋਂ ਖੜਿਆ ਵੀ
ਇਹ ਜਿਹੜਾ ਟਿੱਬਾ ਨਜ਼ਰ ਆਉਂਦਾ ਜਿਹਦੇ ਥੱਲੇ ਉਹ ਕਮਰਾ ਸ਼ਹੀਦੀ ਅਸਥਾਨ ਵਾਲਾ, ਉਹ ਬੇਸਿਕਲੀ ਮਲਬਾ ਹੈ ਜੀ। ਅੱਜ ਵੀ ਤੁਸੀਂ ਜਦੋਂ ਅਸੀਂ ਆ ਪਿਛਲਾ ਰਸਤਾ ਕੱਢਿਆ ਤੇ ਇਹਦੇ ਇਹ ਸਾਰੇ ਮਲਬੇ ਦੇ ਹੇਠਾਂ ਕਮਰੇ ਬਣੇ ਹੋਏ ਆ ਬਕਾਇਦਾ। ਤੋ ਗਰਾਊਂਡ ਲੈਵਲ ਆ, ਉਹ ਗਰਾਊਂਡ ਉੱਤੇ ਜਗ੍ਹਾ ਸੀ, ਉਹ ਧਰਤੀ ਦੇ ਉੱਤੇ ਉਹ ਭੋਰਾ ਨਹੀਂ ਸੀ, ਕਿਸੇ ਭੋਰੇ ਵਿੱਚ ਸ਼ਹੀਦ ਨਹੀਂ ਸੀ ਕੀਤਾ ਸਾਹਿਬਜ਼ਾਦਿਆਂ ਨੂੰ, ਗਰਾਊਂਡ ਦੇ ਉੱਤੇ ਸ਼ਹੀਦ ਕੀਤਾ ਸੀ। ਇਸ ਵਾਸਤੇ ਉਹ ਭੋਰੇ ਦਾ ਕੰਸੈਪਟ ਨਹੀਂ ਹੈ, ਉਹ ਸ਼ਹੀਦੀ ਅਸਥਾਨ ਹੈ, ਮਤਲਬ ਬੇਸਮੈਂਟ ਜਾਂ ਅੰਡਰਗਰਾਊਂਡ ਨਹੀਂ ਸੀ ਉਸ ਵੇਲੇ। ਤੋ ਸਾਡੇ ਸਿੱਖਾਂ ਨੇ ਜਦੋਂ ਹਮਲੇ ਕੀਤੇ ਇਹਨੂੰ ਢਾਇਆ ਆਲੇ ਦੁਆਲੇ ਨੂੰ ਖੰਡਰਾਤ ਕੀਤੇ, ਤੋ ਕੁਦਰਤੀ ਉੱਚਾ ਟਿੱਬਾ ਬਣ ਗਿਆ। ਪੁਰਾਣੀਆਂ ਨਿਸ਼ਾਨੀਆਂ ਸਾਨੂੰ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਨੇ, ਹੋਰ ਧਰਮ ਦੇ ਲੋਕ ਵੀ ਸੰਭਾਲ ਕੇ ਰੱਖਦੇ ਨੇ, ਪਰ ਜਿਸ ਤਰ੍ਹਾਂ ਇੱਥੇ ਪੁਰਾਣੇ ਨਿਸ਼ਾਨ ਸੀਗੇ ਜਾਂ ਚਮਕੌਰ ਦੇ ਵਿੱਚ ਪੁਰਾਣੇ ਨਿਸ਼ਾਨ ਸੀਗੇ, ਕੱਚੀ ਗੜੀ ਦੀ ਆਪਾਂ ਗੱਲ ਕਰਦੇ ਹਾਂ, ਠੰਡੇ ਬੁਰਜ ਦੀ ਗੱਲ ਕਰਦੇ ਹਾਂ, ਇੰਟਰਨੈੱਟ 'ਤੇ ਬੜਾ ਰੌਲਾ ਪੈਂਦਾ, ਅਤੇ ਪੁਰਾਣੇ ਬਜ਼ੁਰਗ ਵੀ ਇਹ ਗੱਲ ਕਹਿੰਦੇ ਨੇ ਵੀ ਅਸੀਂ ਖੁਦ ਇਹ ਨਿਸ਼ਾਨੀਆਂ ਨੂੰ ਵੇਖਦੇ ਰਹੇ ਹਾਂ, ਅਤੇ ਕੀ ਕਾਰਨ ਬਣ ਗਿਆ ਵੀ ਉਹ ਢਾਹ ਕੇ ਨਵੇਂ ਗੁਰਦੁਆਰੇ ਉਸਾਰ ਦੇਣੇ, ਕੀ ਅਸੀਂ ਉਹਨਾਂ ਨਿਸ਼ਾਨੀਆਂ ਨੂੰ ਸੰਭਾਲ ਕੇ ਨਹੀਂ ਰੱਖ ਸਕਦੇ ਸੀ? ਮੈਨੂੰ 15 ਸਾਲ ਹੋ ਗਏ ਜੀ ਇੱਥੇ ਸੇਵਾ ਕਰਦੇ ਹਾਂ, ਅਤੇ ਕੋਸ਼ਿਸ਼ ਹੈ, ਪਹਿਰਾ ਦੇ ਰਹੇ ਹਾਂ ਵੀ ਜਿੰਨਾ ਕੁਝ ਬਚਾਇਆ ਜਾ ਸਕਦਾ। ਉਸ ਤੋਂ ਪਿੱਛੇ ਜਿਹੜਾ ਸੀ ਮੈਨੂੰ ਤਾਂ ਐਂ ਲੱਗਦਾ ਵੀ ਅਵੇਅਰਨੈਸ ਨਹੀਂ ਸੀ, ਅਤੇ ਸੋਸ਼ਲ ਮੀਡੀਆ ਦੇ ਨਾਲ ਇਹ ਵੀ ਵਧੀਆ ਹੋਇਆ ਵੀ ਹੁਣ ਸਿੱਖ ਅਵੇਅਰ ਹੋਇਆ, ਇਹ ਪੋਜ਼ਿਟਿਵ ਸਾਡੀ ਵਰਤੋਂ ਹੈ, ਅਤੇ ਚੰਗੀ ਗੱਲ ਹੈ ਅਵੇਅਰ ਹੋਇਆ। ਹੁਣ ਅੱਗੇ ਜਦੋਂ ਤੁਸੀਂ ਸੰਗਤ ਨੂੰ ਜਾਗਰੂਕ ਕਰਦੇ ਹੋ, ਬੜਾ ਵਧੀਆ ਜਿਹੜਾ ਤੁਹਾਡੇ ਵੱਲੋਂ ਸੇਵਾ ਨਿਭਾਈ ਜਾਂਦੀ ਹੈ, ਤਾਂ ਬਹੁਤ ਚੰਗੀ ਗੱਲ ਹੈ ਜੀ। ਅੱਗੇ ਜੋ ਪਿੱਛੇ ਹੋਇਆ ਉਹਨੂੰ ਹੁਣ ਅਸੀਂ ਮਤਲਬ ਵਾਪਸ ਨਹੀਂ ਲਿਆ ਸਕਦੇ, ਪਰ ਮਾੜਾ ਹੋਇਆ, ਅੱਗੇ ਜੋ ਬਚਾਇਆ ਜਾ ਸਕਦਾ ਉਹ ਯਤਨਸ਼ੀਲ ਹੋਣਾ ਚਾਹੀਦਾ। ਜਦੋਂ ਆਪਾਂ ਚਮਕੌਰ ਸਾਹਿਬ ਜਾਂਦੇ ਹਾਂ, ਗੜੀ ਸਾਹਿਬ ਦੇ ਨਾਲ ਹੀ ਬੋਰਡ ਲੱਗਿਆ ਹੋਇਆ ਹੈ, ਭਾਈ ਸੰਗਤ ਸਿੰਘ ਜੀ ਜਿਹੜੇ ਇਸ ਜਗ੍ਹਾ ਦੇ ਉੱਪਰ ਸ਼ਹੀਦ ਹੋਏ, ਬਿਲਕੁਲ ਉਹਦੇ ਨਾਲ ਹੀ ਇੱਕ ਬੋਰਡ ਲੱਗਿਆ ਹੋਇਆ ਬਾਬਾ ਜੀਵਨ ਸਿੰਘ ਜੀ ਇੱਥੇ ਸ਼ਹੀਦ ਹੋਏ, ਅਤੇ ਇਹ ਦੁਬਿਧਾ ਕਿਉਂ? 1 ਕਿਲੋਮੀਟਰ ਦੀ ਦੂਰੀ ਵੀ ਨਹੀਂ ਹੈ, 100 ਗਜ਼ ਦੀ ਦੂਰੀ ਦੇ ਉੱਪਰ ਹੀ ਇਤਿਹਾਸ ਵੱਖਰਾ ਵੱਖਰਾ ਕਿਉਂ? ਕਲਗੀ ਦੇਣ ਦੀ ਜਦੋਂ ਆਪਾਂ ਗੱਲ, ਹਾਂ ਵੇਖੋ ਜੀ, ਜਿਹੜਾ ਕਲਗੀ ਦੇਣ ਦਾ ਨਾ ਦੁਬਿਧਾ ਕਿ ਭਾਈ ਸੰਗਤ ਸਿੰਘ ਨੂੰ ਦਿੱਤੀ ਕਿ ਜੀਵਨ ਸਿੰਘ ਜੀ ਨੂੰ ਦਿੱਤੀ, ਉਹ ਬੜੀ ਨਿਰਮੂਲ ਦੁਬਿਧਾ ਭਾਈ ਸਾਹਿਬ। ਤੁਸੀਂ ਥੋੜ੍ਹਾ ਜਿਹਾ ਸੈਂਟੀਫਿਕਲੀ ਇਹਨੂੰ ਸੋਚੋ ਕਿ ਅਸੀਂ ਇਹ ਗੱਲ ਕਹਿੰਦੇ ਹਾਂ ਇਤਿਹਾਸ ਵਿੱਚ ਕਿ ਜਿਹਨਾਂ ਨੂੰ ਕਲਗੀ ਦਿੱਤੀ ਉਹਨਾਂ ਦਾ ਸਰੂਪ ਵੀ ਗੁਰੂ ਸਾਹਿਬ ਨਾਲ ਮਿਲਦਾ ਜੁਲਦਾ, ਬਿਲਕੁਲ ਹੈ ਨਾ। ਆਪਾਂ ਜੇ ਮੰਨ ਲਈਏ ਵੀ ਭਾਈ ਜੀਵਨ ਸਿੰਘ ਜੀ ਨੂੰ ਕਲਗੀ ਦਿੱਤੀ ਹੈ ਨਾ, ਅਤੇ ਭਾਈ ਜੀਵਨ ਸਿੰਘ ਜੀ ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲੈ ਕੇ ਆਉਂਦੇ ਆ ਭਾਈ ਜਾਤਾ ਜੀ ਦੇ ਰੂਪ 'ਚ, ਗੁਰੂ ਸਾਹਿਬ ਜੀ ਦੀ ਉਦੋਂ ਸਰੀਰਕ ਆਰਬਲਾ 9 ਵਰ੍ਹਿਆਂ ਦੀ ਹੈ, ਬਿਲਕੁਲ, ਇਹਦਾ ਮਤਲਬ ਭਾਈ ਜੀਵਨ ਸਿੰਘ ਜੀ 9 ਸਾਲ ਦੇ ਨਹੀਂ ਨਾ ਹੋਣਗੇ, ਵੱਡੇ ਹੋਣਗੇ ਹੈ ਨਾ, ਉਹ ਘੱਟੋ ਘੱਟ 20-25 ਸਾਲ ਦੇ ਹੋਣਗੇ ਗੁਰੂ ਸਾਹਿਬ ਜੀ, ਤਾਂ ਫਿਰ ਉਹਨਾਂ ਦਾ ਸਰੂਪ ਕਿੱਦਾਂ ਮਿਲਦਾ ਹੋ ਸਕਦਾ ਜੀ, ਹੈ ਨਾ। ਇਸ ਲਈ ਇਹ ਗੱਲ ਜਿਹੜੀ ਆ ਉਹ ਤੱਥਾਂ ਦੇ ਆਧਾਰ 'ਤੇ ਨਹੀਂ ਹੈ। ਭਾਈ ਜੀਵਨ ਸਿੰਘ ਜੀ ਸਰਸਾ ਤੋਂ ਪਰਲੇ ਪਾਸੇ ਜਾਂ ਯਾਦਗਾਰ ਜਿੱਥੇ ਮਰਜ਼ੀ ਸਥਾਪਿਤ ਕੀਤੀ ਜਾ ਸਕਦੀ ਆ, ਤਾਂ ਭਾਈ ਸੰਗਤ ਸਿੰਘ ਜੀ ਗੜੀ ਦੇ ਸ਼ਹੀਦ ਹਨ ਜੀ, ਗੜੀ ਵਾਲੇ ਸ਼ਹੀਦਾਂ 'ਚੋਂ, ਜਿੱਥੇ ਭਾਈ ਕੋਠਾ ਸਿੰਘ ਜੀ, ਭਾਈ ਮਦਨ ਸਿੰਘ ਜੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਭਗੜਾਣਾ ਦੇ ਵਾਸੀ, ਅਤੇ ਉਹ ਸਾਰੇ ਸਿੰਘ ਗੜੀ ਦੇ ਵਿੱਚ ਜਿਹੜੇ ਸ਼ਹੀਦ ਉਹਨਾਂ ਵਿੱਚ ਹੀ ਭਾਈ ਸੰਗਤ ਸਿੰਘ ਜੀ ਨੇ ਯਾਦਗਾਰ ਕਿਤੇ ਵੀ ਸਥਾਪਿਤ ਹੋ ਸਕਦੀ ਆ, ਉਹ ਜੇ ਕੀਤੀ ਹੈ ਤਾਂ ਚਲੋ ਆਪਾਂ ਉਹਦੇ 'ਚ ਟਕਰਾਅ ਨਾ ਕਰੀਏ, ਪਰ ਇਤਿਹਾਸ ਜਿਹੜਾ ਉਹ ਹਕੀਕਤ ਇਹੀ ਆ ਵੀ ਕਲਗੀ ਸੰਗਤ ਸਿੰਘ ਜੀ ਹੋਰਾਂ ਨੂੰ ਸੌਂਪੀ ਗੁਰੂ ਸਾਹਿਬ ਜੀ ਨੇ, ਅਤੇ ਸੰਗਤ ਸਿੰਘ ਜੀ ਵੀ ਰੀਪ੍ਰਜੈਂਟ ਕਰ ਰਹੇ ਨੇ ਪੰਥ ਨੂੰ, ਬੇਸਿਕਲੀ ਸਖਸ਼ੀ ਨਹੀਂ, ਉਹ ਪੰਥ ਨੂੰ ਜਿਹੜੀ ਆ ਉਹ ਸ਼ਹਿਨਸ਼ਾਹੀ ਦਿੱਤੀ ਜੀ। 2 ਸਾਹਿਬਜ਼ਾਦਿਆਂ ਦੇ ਇਸ ਜਗ੍ਹਾ ਦੇ ਉੱਪਰ ਸ਼ਹੀਦ ਹੋਣਾ, ਸ਼ਹੀਦ ਹੋਣ ਤੋਂ ਪਹਿਲਾਂ ਉਹਨਾਂ ਨੂੰ ਹੋਰ ਕਿਹੜੇ ਕਿਹੜੇ ਤਸੀਹੇ ਦਿੱਤੇ ਗਏ? ਕਿਉਂਕਿ ਦੁਨਾ ਸਿੰਘ ਹਡੂਰੀਏ ਨੇ ਕਾਫੀ ਤਸੀਹਿਆਂ ਦਾ ਜ਼ਿਕਰ ਕੀਤਾ ਹੈ, ਅਤੇ ਜਦੋਂ ਆਮ ਪ੍ਰਚਾਰਕ ਆਮ ਸਟੇਜ ਦੇ ਉੱਪਰ, ਪਿੰਡਾਂ ਦੀ ਸਟੇਜ ਦੇ ਉੱਪਰ ਇਹ ਗੱਲ ਕਰਦਾ, ਅਤੇ ਪਿੰਡਾਂ ਦੇ ਕਈ ਲੋਕ ਜਿਹੜੇ 60-70 ਸਾਲ ਦੀ ਉਮਰ ਦੇ ਨੇ, ਜਿਨ੍ਹਾਂ ਨੇ ਇਹ ਗੱਲਾਂ ਸੁਣੀਆਂ ਹੀ ਨਹੀਂ ਦੁਨਾ ਸਿੰਘ ਹਡੂਰੀਏ ਦੀਆਂ, ਅਤੇ ਉਹ ਫਿਰ ਉਹਨਾਂ ਪ੍ਰਚਾਰਕਾਂ ਦਾ ਵਿਰੋਧ ਕਰਦੇ ਨੇ ਵੀ ਜੀ ਇਹ ਨਵੇਂ ਆ ਗਏ, ਜੇ ਸ਼ਹੀਦ ਤਾਂ ਉਹਨਾਂ ਨੂੰ ਇਕੱਲਾ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ, ਪਰ ਦੁਨਾ ਸਿੰਘ ਹਡੂਰੀਆ ਸਮੇਂ ਦਾ, ਉਸ ਸਮੇਂ ਦਾ ਹੈ, ਅਤੇ ਉਹ ਲਿਖਦਾ, ਅਤੇ ਉਹਨਾਂ ਨੂੰ ਮਤਲਬ ਕਿਸ ਤਰ੍ਹਾਂ ਜਿਹੜਾ ਐਗਰੀ ਕੀਤਾ ਜਾਵੇ?
ਇਤਿਹਾਸਕਾਰ ਜਿਹੜਾ ਹੁੰਦਾ ਨਾ ਉਹ ਰੱਬੀ ਇਲਹਾਮ ਨਹੀਂ ਹੁੰਦਾ, ਉਹ ਖੋਜ ਦਾ ਮੁਤਾਜ ਹੁੰਦਾ। ਸਭ ਕਦੀ ਵਕਤ ਹੁੰਦਾ ਸੀ ਕਿ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦੀ ਦਾ ਜ਼ਿਕਰ ਆਇਆ ਤਾਂ ਕੇਵਲ ਜਿਹੜਾ ਉਹ ਸਾਰਾ ਭਾਂਡਾ ਚੰਦੂ ਦੇ ਸਿਰ ਵੀ ਭੰਨਿਆ ਜਾਂਦਾ ਰਿਹਾ, ਕਈ ਤਰ੍ਹਾਂ ਦੇ ਉਹ ਸੀਗਾ। ਪਰ ਜਦੋਂ ਅਸੀਂ ਤੁਜਕ ਪੜ੍ਹੀ ਡਾਕਟਰ ਗੰਡਾ ਸਿੰਘ ਹੋਰਾਂ ਨੇ ਕੀਤੀ ਖੋਜ, ਅਤੇ ਉਹਦੇ ਵਿੱਚ ਉਹ ਹੋਰ ਮੁਤਸਬ ਵੀ ਸਾਹਮਣੇ ਆਇਆ। ਬਿਲਕੁਲ, ਉਹ ਸਿਰਫ ਇੱਕ ਰਿਸ਼ਤੇ ਦਾ ਕਾਰਨ ਨਹੀਂ ਸੀ ਵੀ ਰਿਸ਼ਤਾ ਠੁਕਰਾ ਦਿੱਤਾ। ਸੋ ਇਤਿਹਾਸ ਘਰੇਲੂ ਲੜਾਈ, ਹਾਂ ਹਾਂ ਬਿਲਕੁਲ ਜੀ। ਸੋ ਇਤਿਹਾਸ ਖੋਜ ਜੀ ਸਦਾ ਹੀ ਖੋਜ ਮੰਗਦਾ, ਅਤੇ ਕਦੀ ਵੀ ਡਨ ਨਹੀਂ ਕੀਤਾ ਜਾ ਸਕਦਾ, ਨਿਰਣਾ ਨਹੀਂ ਦਿੱਤਾ ਜਾ ਸਕਦਾ ਵੀ ਆਖਰੀ ਆਏ। ਸੋ ਇੱਕ ਵਕਤ ਸੀ ਅਸੀਂ ਬੜਾ ਕੁਝ ਸੁਣਦੇ ਆਏ, ਇੱਥੇ ਆ ਕੇ ਜਿੰਨੀ ਕੁ ਸੇਵਾ ਗੁਰੂ ਸਾਹਿਬ ਜੀ ਨੇ ਲਈ ਉਹਨਾਂ ਸਥਾਨਕ ਸਫਰੇ ਸ਼ਹਾਦਤ ਦੇ ਪੜਾਵਾਂ ਦੇ ਅਨੁਸਾਰ, ਉਹ ਤੱਥ ਹੋਰ ਦੇ ਹੋਰ ਨਵੇਂ ਹਰ ਸਾਲ ਪੜ੍ਹੀ ਦਾ ਕੋਸ਼ਿਸ਼ ਕਰੀਦਾ। ਸੋ ਇਸ ਵਾਸਤੇ ਇਹ ਨਹੀਂ ਕਹਿ ਸਕਦੇ ਵੀ ਉਹ ਸਾਡੇ ਜਿਹੜੇ ਬਜ਼ੁਰਗ ਸੀ ਉਹ ਗਲਤ ਸਨ, ਜਿੱਥੋਂ ਤੱਕ ਉਹਨਾਂ ਦੀ ਖੋਜ ਸੀ ਉਹਨਾਂ ਦਾ ਧੰਨਵਾਦ ਹੈ, ਉਸ ਤੋਂ ਅੱਗੇ ਹੋਰ ਖੋਜ ਹੁੰਦੀ ਜਾ ਸਕਦੀ ਹੈ। ਸੋ ਬਹੁਤ ਸਾਰੇ ਤੱਥ ਨਿਕਲ ਸਕਦੇ। ਗਿਆਨੀ ਸੰਤੋਖ ਸਿੰਘ ਜੀ ਚੂੜਾਮਣੀ ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ, ਅਤੇ ਅੱਜ ਰੌਲਾ ਪੈਣਾ ਕਾਫੀ ਜ਼ਿਆਦਾ ਸ਼ੁਰੂ ਹੋ ਗਿਆ ਵੀ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਠੀਕ ਨਹੀਂ, ਤੁਸੀਂ ਇਹ ਗੱਲ ਮੰਨਦੇ ਹੋ ਵੀ ਬਹੁਤ ਸਾਰਾ ਇਤਿਹਾਸ ਉਹਦੇ ਵਿੱਚ ਗੁਰਬਾਣੀ ਦੀ ਕਸਵੱਟੀ 'ਤੇ ਠੀਕ ਨਹੀਂ ਹੈ? ਮੈਂ ਤੁਹਾਨੂੰ ਮਿਸਾਲ ਦਿੰਦਾ, ਮੈਨੂੰ 25 ਸਾਲ ਹੋ ਗਏ ਸੂਰਜ ਪ੍ਰਕਾਸ਼ ਦੀ ਕਥਾ ਕਰਦਿਆਂ। ਹਾਂਜੀ, ਬਿਨਾਂ ਸ਼ੱਕ ਬਹੁਤ ਕੁਝ ਐਸਾ ਜਿਹੜਾ ਦੁਬਧਾ ਕ੍ਰੀਏਟ ਕਰ ਦਿੰਦਾ, ਪਰ ਉਹਨੂੰ ਗੁਰਬਾਣੀ ਦੀ ਰੋਸ਼ਨੀ 'ਚ ਅਸੀਂ ਵੇਖਣਾ। ਮੈਂ ਤਾਂ ਕਿਹਾ ਸੀ ਵੀ ਕਿਸੇ ਵੀ ਇਤਿਹਾਸਕਾਰ ਦੀ ਲਿਖਤ ਆਖਰੀ ਸੱਚ ਨਹੀਂ ਹੁੰਦਾ ਜੀ। ਬਿਲਕੁਲ, ਉਹਨਾਂ ਨੇ ਲਿਖਿਆ ਵੀ ਹੈ ਸ਼ੁਰੂ ਦੇ ਵਿੱਚ, ਉਹਨਾਂ ਨੇ ਵੀ ਲਿਖਿਆ ਵੀ ਮੱਖੀ ਜਿਹੜੀ ਆ ਉਹ ਪਾਈ ਗਈ ਹੈ ਅਤੇ ਸਿੱਖ ਚੇਤਨ ਹੋ ਕੇ ਉਸ ਮੱਖੀ ਨੂੰ ਕੱਢ ਲਿਆ, ਹੈ ਨਾ। ਅਤੇ ਉਹਨਾਂ ਦੀ ਲਿਖਣੀ ਨੂੰ ਮੂਲੋਂ ਵੀ ਰੱਦ ਨਹੀਂ ਕੀਤਾ ਜਾ ਸਕਦਾ। ਮਤਲਬ ਜੇ ਨੌ ਰਸਾਂ ਦੀ ਗੱਲ ਕਰੀਏ ਅਸੀਂ, ਤਾਂ ਉਹ ਸਾਰੇ ਰਸ, ਕਰੁਣਾ ਰਸ, ਵੀਰ ਰਸ, ਸਾਰਾ ਉਹਨਾਂ ਨੇ ਵਿੱਚ ਭਰਿਆ ਜੀ। ਬਿਲਕੁਲ, ਹਾਂ, ਗੁਰਬਾਣੀ ਦਾ ਚਾਨਣ ਜਿਹੜਾ ਉਹ ਸਾਡੇ ਕੋਲ ਆਖਰੀ ਕਸਵੱਟੀ ਹੈ। ਅਤੇ ਮੈਂ ਇਹ ਵੀ ਕਹਿੰਦਾ ਵੀ ਸਾਰਾ ਕੁਝ ਰੱਦ ਵੀ ਨਹੀਂ ਕੀਤਾ ਜਾ ਸਕਦਾ। ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਤੁਹਾਨੂੰ, ਇਤਿਹਾਸ ਦੀ ਸਾਖੀ ਚੱਲ ਰਹੀ ਸੀ, ਮੈਂ ਕਥਾ ਕਰ ਰਿਹਾ ਸੀ ਵੀ ਗੁਰੂ ਸਾਹਿਬ ਜੀ ਕਾਮਰੂਪ 'ਚ ਗਏ ਅਸਾਮ ਵੱਲ, ਅਤੇ ਉਹ ਭਟਕੀਆਂ ਹੋਈਆਂ ਇਸਤਰੀਆਂ ਨੂੰ ਸੂਰੀਆਂ ਅਤੇ ਕੁੱਤੀਆਂ ਬਣਨ ਦਾ ਜਿਹੜਾ ਇੱਦਾਂ ਦਾ ਇੱਕ ਆਉਂਦਾ ਪ੍ਰਸੰਗ। ਹੁਣ ਮੈਨੂੰ ਇਹ ਗੱਲ ਹਜ਼ਮ ਨਾ ਹੋਏ ਵੀ ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਬਾਣੀ ਦੀ ਕਸੌਟੀ ਇਹ ਕਹਿੰਦੀ ਹੈ। ਅਤੇ ਇੱਕ ਬਾਣੀ ਦੀ ਪੰਕਤੀ ਸਮਝ ਵਿੱਚ ਆਈ, ਜੇਨ 'ਚ ਆਈ, ਅਤੇ ਉਹਨੇ ਇਕਦਮ ਸਾਰੇ ਅਰਥ ਸਪਸ਼ਟ ਕਰ ਦਿੱਤੇ ਵੀ ਜਿਹੜਾ ਵੀ ਮਨੁੱਖ ਰੱਬੀ ਗੁਣਾਂ ਨਾਲੋਂ, ਰੱਬੀ ਬੰਦਗੀ ਨਾਲੋਂ ਟੁੱਟਿਆ ਹੁੰਦਾ, ਉਹ ਸੂਰ ਅਤੇ ਕੁੱਤਾ ਹੀ ਹੁੰਦਾ। ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ। ਤੋ ਉਹ ਕਿਸ ਪ੍ਰਸੰਗ 'ਚ ਗੱਲ ਕਹੀ ਗਈ ਹੈ, ਕੁਝ ਸਿੰਬਲ ਵੀ ਹੁੰਦੇ ਨੇ ਨਾ, ਬਹੁਤ ਸਾਰੀਆਂ ਗੱਲਾਂ ਸਿੰਬੋਲਿਕ ਤੌਰ 'ਤੇ ਵਰਤੀਆਂ ਗਈਆਂ, ਉਹਨੂੰ ਸਮਝਣ ਵਾਸਤੇ ਸਾਨੂੰ ਥੋੜ੍ਹੀ ਡੈਪਥ 'ਚ ਜਾਣ ਦੀ ਲੋੜ ਹੈ। ਮੰਦਾ ਕਿਸੇ ਨਾਲ ਅੱਗ ਝਗੜਾ ਪਾਵਣਾ, ਤੋ ਟਕਰਾਅ ਦੀ ਬਜਾਏ ਨਾ ਥੋੜ੍ਹਾ ਜਿਹਾ ਖੋਜ ਕਰੀਏ। ਜਿਵੇਂ ਗੁਰਬਾਣੀ ਦੇ ਅਰਥਾਂ ਦੀ ਆਪਾਂ ਗੱਲ ਕਰਦੇ ਹਾਂ, ਬਹੁਤ ਸਾਰੇ ਵਿਦਵਾਨਾਂ ਨੇ ਗੁਰਬਾਣੀ ਦੇ ਅਰਥ ਲਿਖੇ ਨੇ, ਪੰਥ ਪ੍ਰਮਾਣ ਤਾਂ ਤੁਸੀਂ ਕਿਹਨਾਂ ਨੂੰ ਮੰਨਦੇ ਹੋ? ਮੈਂ ਫਿਰ ਉਹੀ ਗੱਲ ਕਹਿ ਰਿਹਾ ਵੀ ਇੱਕ ਹੁਣ ਆ ਲੱਗਿਆ ਪਿੱਲਰ ਲੱਗਿਆ ਜੀ, ਇਹਨੂੰ ਡੈਕੋਰੇਟ ਕਰਨ ਵਾਸਤੇ ਅਗਲੇ ਪਾਸਿਓ ਅਸੀਂ ਫੁੱਲ ਲਾ ਦਿੰਦੇ ਹਾਂ ਜੀ, ਪਿਛਲੇ ਪਾਸੇ ਸ਼ਾਇਦ ਉਨੀ ਡੈਕੋਰੇਸ਼ਨ ਨਹੀਂ ਹੁੰਦੀ ਜੀ। ਹੁਣ ਅਗਲੀ ਬੈਠੀ ਪਬਲਿਕ ਉਹ ਕਹਿ ਰਹੀ ਹੈ ਵੀ ਇਹ ਇੱਦਾਂ ਦਾ, ਪਿੱਛੇ ਬੈਠਾ ਮੈਂ ਕਹਿ ਰਿਹਾ ਨਹੀਂ ਇੱਦਾਂ ਦਾ ਜੀ, ਇਹ ਕੀ ਹੈ ਐਂਗਲ, ਉਹਨਾਂ ਦੇ ਵੇਖਣ ਦਾ ਐਂਗਲ ਹੋਰ ਹੈ, ਮੇਰੇ ਵੇਖਣ ਦਾ ਐਂਗਲ ਹੋਰ ਹੈ ਜੀ। ਸੋ ਇਸ ਵਾਸਤੇ ਹਰ ਬੰਦਾ ਆਪਣੇ ਆਪਣੇ ਐਂਗਲ ਤੋਂ ਵੇਖ ਰਿਹਾ ਬਾਣੀ ਜੀ। ਬਿਜ਼ਨਸਮੈਨ ਉਹ ਹੁਕਮਨਾਮਾ ਸੁਣ ਕੇ ਕਹਿੰਦਾ ਵੀ ਇਹ ਮੇਰੇ ਮਤਲਬ ਦਾ ਜੀ, ਜਿਹਦਾ ਕੇਸ ਦੀ ਤਰੀਕ ਹੈ ਉਹ ਹੁਕਮਨਾਮਾ ਸੁਣ ਕੇ ਕਹਿੰਦਾ ਮੇਰੇ ਮਤਲਬ ਦਾ, ਜਿਹਦੇ ਮੁੰਡੇ ਦਾ ਵਿਆਹ ਆ ਉਹ ਕਹਿੰਦਾ। ਇਸ ਵਾਸਤੇ ਇਹ ਕੋਈ ਇਸ਼ੂ ਨਹੀਂ ਹੈ ਵੀ ਜੋ ਮੈਂ ਕਹਿ ਰਿਹਾ ਉਹੀ ਦੂਜਿਆਂ 'ਤੇ ਲੱਦਾਂ ਜੀ, ਮੇਰੀ ਆਪਣਾ ਨਜ਼ਰੀਆ, ਉਹਦਾ ਆਪਣਾ ਨਜ਼ਰੀਆ, ਅਤੇ ਇਹਨੂੰ ਤਕਰਾਰ ਦਾ ਵਿਸ਼ਾ ਨਹੀਂ ਬਣਾਉਣਾ ਚਾਹੀਦਾ। ਹੋ ਸਕਦਾ ਮੇਰੀ ਬੁੱਧ ਛੋਟੀ ਹੋਵੇ, ਮੈਂ ਅਜੇ ਇੱਥੋਂ ਤੱਕ, ਮੈਂ ਇੱਕ ਵਿਗਿਆਨੀ ਦਾ ਜੀਵਨ ਕਿਸੇ ਗੁਰਮੁਖ ਕੋਲੋਂ ਸੁਣਿਆ ਪੜ੍ਹਿਆ, ਅਤੇ ਉਹਨਾਂ ਨੇ ਬਾਣੀ ਦੀ ਪੰਕਤੀ ਨੂੰ ਆਧਾਰ ਬਣਾ ਕੇ ਬੜੀ ਵੱਡੀ ਖੋਜ ਕੀਤੀ, ਕਿਡਨੀ ਟ੍ਰਾਂਸਪਲਾਂਟ ਦਾ ਉਹਨਾਂ ਦੀ ਖੋਜ ਸੀ। ਅਤੇ
ਉਹਨਾਂ ਨੇ ਕਹਿੰਦੇ ਵੀ ਮੈਂ ਸਿਰਫ ਇਹ ਜਦੋਂ ਪੰਕਤੀ ਸੁਣੀ ਪੜ੍ਹੀ ਵੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਧਰ ਮਾਏ। ਕਹਿੰਦੇ ਮੇਰੀ ਪ੍ਰੋਬਲਮ ਇਹ ਸੀ ਵੀ ਜਦੋਂ ਮੈਂ ਕਿਡਨੀ ਟ੍ਰਾਂਸਪਲਾਂਟ ਕਰਦਾ ਸੀ ਤਾਂ ਉਹ ਜਿਹੜੇ ਅੰਦਰ ਸਪਰਮ ਜਿਹੜੇ ਕੀਟਾਣੂ ਸੀ ਉਹ ਅਟੈਕ ਕਰਦੇ ਸੀ, ਉਹਨੂੰ ਕਾਮਯਾਬ ਨਹੀਂ ਸੀ ਹੁੰਦੇ। ਕਹਿੰਦੇ ਜਦੋਂ ਮੈਂ ਇਹ ਬਚਨ ਸੁਣਿਆ ਵੀ ਤਿੱਥੈ ਤੂੰ ਸਮਰੱਥ ਅਗਨੀ ਉਧਰ ਮੈਂ, ਪ੍ਰੈਗਨੈਂਸੀ ਵਾਲੇ ਪਾਸੇ ਮੇਰਾ ਧਿਆਨ ਗਿਆ ਅਤੇ ਇੱਕਦਮ ਮੇਰੀ ਸੋਚ ਵਿੱਚ ਇਹ ਗੱਲ ਆਈ ਵੀ ਇਹ ਵੀ ਤਾਂ ਬਾਹਰੋਂ ਪਾਟ ਗਿਆ, ਇਹ ਕਿੱਦਾਂ ਕਾਮਯਾਬ ਹੋਇਆ। ਕਹਿੰਦੇ ਮੈਂ ਉਹਦੀ ਖੋਜ ਕੀਤੀ ਅਤੇ ਫਿਰ ਮੈਨੂੰ ਪਤਾ ਲੱਗਿਆ ਚੌਗਿਰਦ ਹਮਾਰੇ ਰਾਮਕਾਰ, ਬਿਲਕੁਲ ਵਾਹਿਗੁਰੂ ਜੀ ਨੇ ਐਸੀ ਪ੍ਰੋਟੀਨਾਂ ਦੀ ਇੱਕ ਕੰਧ ਬਣਾਈ ਜਿਹੜੀ ਬਾਹਰੋਂ ਬਿਮਾਰੀਆਂ ਉਹਨੂੰ ਖਤਮ ਕਰਨ ਵਾਲੇ ਤੱਤਾਂ ਨੂੰ ਅੰਦਰ ਹੀ ਨਹੀਂ ਜਾਣ ਦਿੰਦੀ, ਰਾਮਕਾਰ ਅੰਦਰ ਬਣੀ ਹੋਈ ਹੈ। ਕਹਿੰਦੇ ਮੈਂ ਉਹਦੇ ਤੱਤ ਕੱਢੇ, ਉਹਦਾ ਇੰਜੈਕਸ਼ਨ ਤਿਆਰ ਕੀਤਾ, ਉਹ ਰਾਮਕਾਰ ਪਹਿਲਾਂ ਤਿਆਰ ਹੋਈ, ਮੈਂ ਕਾਮਯਾਬ ਹੋ ਗਿਆ। ਹੁਣ ਉਹ ਵਿਗਿਆਨੀ ਆਪਣੇ ਐਂਗਲ ਤੋਂ ਸੋਚ ਰਿਹਾ, ਕਹਿੰਦਾ ਬਾਣੀ 'ਚ ਸਾਰੀ ਮੇਰੇ ਅਨੁਸਾਰ ਖੋਜ ਕੀਤੀ ਪਈ ਹੈ, ਸਾਨੂੰ ਵਰਤਣ ਦੀ ਲੋੜ ਹੈ। ਹਰ ਬੰਦੇ ਦੀ ਆਪੋ ਆਪਣਾ ਇੱਕ ਐਂਗਲ ਹੈ, ਇਹ ਦੀ ਇਹ ਠੋਸਣਾ ਗਲਤ ਹੈ ਕਿ ਜੋ ਮੈਂ ਅਰਥ ਕਰ ਰਿਹਾ ਉਹੀ ਤੂੰ ਮੰਨ। ਮੂਲ ਮੰਤਰ ਕਿੱਥੇ ਤੱਕ ਮੰਨਦੇ ਹੋ? ਜੋ ਰਹਿਤ ਮਰਿਆਦਾ ਦਾ ਫੈਸਲਾ ਜੀ, ਗੁਰਪ੍ਰਸਾਦ ਤੱਕ ਜੋ ਰਹਿਤ ਮਰਿਆਦਾ ਦਾ ਫੈਸਲਾ ਹੈ। ਕੀ ਅਜੇ ਤੱਕ ਪੰਥ ਨੂੰ ਰਹਿਤ ਮਰਿਆਦਾ ਦਾ ਪਤਾ ਨਹੀਂ ਜਾਂ ਤੁਹਾਨੂੰ ਰਹਿਤ ਮਰਿਆਦਾ ਦਾ ਪਤਾ ਨਹੀਂ? ਮੈਂ ਨਿਰਣਾ ਦੇਣ ਵਾਲਾ ਕੌਣ ਹੁੰਦਾ? ਇੱਦਾਂ ਨਹੀਂ ਮਹਿਸੂਸ ਹੋ ਰਿਹਾ ਵੀ ਅਸੀਂ ਮਤਲਬ ਕਿ ਇੱਦਾਂ ਜ਼ਿਆਦਾ ਜ਼ੋਰ ਪਾਇਆ ਜਾ ਰਿਹਾ ਵੀ ਪਾਠ ਕਰਵਾਓ ਜਾਂ ਪਾਠ ਇੱਦਾਂ, ਕਈ ਡੇਰੇਦਾਰ ਇਹ ਤਾਂ ਜ਼ੋਰ ਨਹੀਂ ਹੋਣਾ ਚਾਹੀਦਾ ਵੀ ਹਰ ਸਿੱਖ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਬਿਲਕੁਲ ਜੀ ਬਿਲਕੁਲ, ਗਵਾਓ ਸੱਚੀ ਬਾਣੀ ਨਹੀਂ ਹੈ, ਨਿੱਜੀ ਤੌਰ 'ਤੇ ਸਭ ਨੂੰ ਸਹਿਜ ਪਾਠ ਕਰਨਾ ਚਾਹੀਦਾ। ਭਾਵੇਂ ਮੈਂ ਤਾਂ ਇਹੀ ਕਹਿੰਦਾ ਹਰ ਸਟੇਜ ਤੋਂ ਕਿ ਭਾਵੇਂ ਸਾਲ ਲੱਗੇ 5 ਸਾਲ ਲੱਗਣ, ਬਾਣੀ ਦਾ ਰਸ ਪੀਏ, ਬਾਣੀ ਦਾ ਗਿਆਨ ਮਾਣੀਏ, ਸਾਡੇ ਅੰਦਰ ਸਿੰਚੀ ਜਾਏ ਬਾਣੀ। ਅਤੇ ਜੇ ਅਸੀਂ ਨਹੀਂ ਪੜ੍ਹਨ ਜੋਗੇ, ਕਈ ਵਾਰੀ ਸੁਣ ਕੇ ਮੇਰੇ ਘਰ ਸਾਰਾ ਦਿਨ ਰੇਡੀਓ ਇੱਕ ਚੱਲਦਾ, ਉਹ 'ਤੇ ਪਾਠ ਚੱਲਦਾ, ਅਤੇ ਜਦੋਂ ਪ੍ਰਸ਼ਾਦਾ ਛਕਣ ਬੈਠੀਦਾ ਮੈਂ ਸੁਣਦਾ ਵੀ, ਉਦੋਂ ਗਾ ਨਹੀਂ ਰਿਹਾ ਹੁੰਦਾ, ਮੈਂ ਸੁਣਦਾ ਵੀ ਹਾਂ, ਤਾਂ ਸੁਣਨਾ ਵੀ ਹੈ, ਆਇਓ ਸੁਣਨ ਪੜ੍ਹਨ ਕੋ ਬਾਣੀ, ਤਾਂ ਕੋਈ ਪਾਪ ਨਹੀਂ ਉਹਦੇ 'ਚ। ਇਹ ਸਨ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਤੋਂ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬੜੀ ਪਿਆਰੀ ਇਹਨਾਂ ਨੇ ਗੱਲ ਕਹੀ, ਕਹਿੰਦੇ ਹੋਏ ਇਕੱਤਰੋਂ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਇਕੱਠੇ ਹੋ ਕੇ ਰਹਿਣ ਦੀ ਜ਼ਰੂਰਤ ਹੈ, ਇਕੱਠੇ ਹੋ ਕੇ ਬੈਠੀਏ। ਪਹਿਲੇ ਨੰਬਰ 'ਤੇ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਸਿੱਖ ਹਾਂ, ਅਸੀਂ ਸਿੱਖ ਹਾਂ, ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਉੱਪਰ ਸਾਰਿਆਂ ਨੇ ਚੱਲਣਾ ਹੈ। ਹਾਂ, ਕੁਛ ਦੁਵਿਧਾਵਾਂ ਹੋਣਗੀਆਂ, ਉਹਨਾਂ ਦਾ ਬੈਠ ਕੇ ਹੱਲ ਵੀ ਕੀਤਾ ਜਾ ਸਕਦਾ ਹੈ, ਕੋਈ ਐਡਾ ਵੱਡਾ ਇਸ਼ੂ ਨਹੀਂ ਹੁੰਦਾ। ਆਪਣੇ ਪਰਿਵਾਰ ਦੇ ਜਿਹੜੇ ਫੈਸਲੇ ਨੇ ਅਸੀਂ ਇਕੱਠੇ ਹੋ ਕੇ ਬੈਠ ਕੇ ਕਰ ਲੈਂਦੇ ਹਾਂ, ਪਰ ਕਈ ਵਾਰ ਫੇਸਬੁੱਕ ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਗੱਲਾਂ ਨੂੰ ਬਹੁਤ ਵੱਡਾ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਵੀ ਬੇਨਤੀ ਹੈ, ਸਾਡੇ ਵੱਲੋਂ ਵੀ ਬੇਨਤੀ ਹੈ ਕਿ ਭੱਦੇ ਕਮੈਂਟ ਕਰਨ ਨਾਲੋਂ, ਇੱਕ ਦੂਜੇ ਦੇ ਉੱਪਰ ਅਸ਼ਲੀਲ ਚੱਕਰ ਸੁੱਟਣ ਦੇ ਨਾਲੋਂ ਇਕੱਠੇ ਹੋ ਕੇ ਬੈਠੀਏ, ਕਿਉਂਕਿ ਅਸੀਂ ਸਾਰੇ ਹੀ ਇੱਕ ਪੰਥ ਪਰਿਵਾਰ ਦੇ ਮੈਂਬਰ ਹਾਂ।